ਤੇ ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਜੇਕਰ ਨਸ਼ਿਆਂ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹੋ ਲੈਣੇ ਆ ਤੁਹਾਡੀ ਕਾਲਸ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁਤਾਬਕ ਕੀ ਕੁਝ ਸਾਡੇ ਨਾਲ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਤੁਸੀਂ ਆਲੂਵਾਲੀਆ ਸਾਹਿਬ ਮੈਂ ਜਿੰਦਰ ਬੇਦੀ ਬੋਲ ਰਹੀ ਹਾਂ ਜੀ ਉਹਦਾ ਬਹੁਤ ਅੱਛਾ ਹੈਗਾ ਪਰ ਮੇਰਾ ਖਿਆਲ ਹੈ ਕਿ ਬਹੁਤ ਲੋਕਾਂ ਨੂੰ ਸਮਝ ਨਹੀਂ ਆਇਆ ਹੋਣਾ ਕਿਉਂਕਿ ਜਦੋਂ ਆਪਾਂ ਇਸ ਜਸ ਪੰਜਾਬੀ ਦੇ ਚੈਨਲ ਤੇ ਬੈਠਦੇ ਹਾਂ ਪੰਜਾਬੀ ਚੈਨਲ ਹੈ ਤੇ ਪੰਜਾਬੀ ਆਪਾਂ ਬੋਲੀਏ ਤਾਂ ਉਹਦੇ ਵਿੱਚ ਨਾ ਸਾਨੂੰ ਜ਼ਿਆਦਾ ਉਹਦੀਆਂ ਵੈਲਿਊਜ਼ ਪਤਾ ਲੱਗਦੀਆਂ ਨੇ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਕੀ ਸੁਣਿਆ ਆਪਣੇ ਵਾਸਤੇ ਕੀ ਸੁਣਿਆ ਆਪਣੇ ਪੰਜਾਬ ਵਾਸਤੇ ਕੀ ਸੁਣਿਆ ਉਹ ਸਾਰੀਆਂ ਚੀਜ਼ਾਂ ਨਾ ਦੇਖੋ ਇੰਗਲਿਸ਼ ਦੇ ਵਿੱਚ ਸਾਰੇ ਬੋਲ ਲੈਂਦੇ ਨੇ ਪਰ ਅੰਡਰਸਟੈਂਡ ਕਰਨਾ ਵੀ ਬੜਾ ਜ਼ਰੂਰੀ ਹੁੰਦਾ ਨਾ ਕਿ ਸਾਰੇ ਲੋਕੀ ਅੰਡਰਸਟੈਂਡ ਕਰ ਰਹੇ ਨੇ ਕੀ ਬੋਲ ਰਹੇ ਮੈਂ ਨਾਲ ਨਾਲ ਉਹਨਾਂ ਨੂੰ ਜਿਹੜੇ ਆਪਣੇ ਕਾਲਰ ਆਏ ਸੀਗੇ ਮੈਂ ਨਾਲ ਨਾਲ ਉਹਨਾਂ ਨੂੰ ਜਿਹੜੀ ਗੱਲ ਸੀਗੀ ਉਹਨਾਂ ਦੀ ਸਮਝ ਕੇ ਮੈਂ ਆਪਣੇ ਵਿਊਰਸ ਨੂੰ ਵੀ ਸਮਝਾਉਂਦਾ ਰਿਹਾ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਤਾਂ ਕੋਸ਼ਿਸ਼ ਕੀਤੀ ਹੋਏਗੀ ਜੋ ਉਹਨਾਂ ਦੇ ਵਿਚਾਰ ਸੀਗੇ ਤੁਹਾਡੇ ਨਾਲ ਅਸੀਂ ਰੱਖੇ ਨੇ ਉਹੀ ਉਹਨਾਂ ਦੇ ਤਰਕ ਕਿ ਜਿਹੜੇ ਉਹਨਾਂ ਨੇ ਗੱਲਾਂ ਕਹੀਆਂ ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਉਹਨਾਂ ਸਾਰੇ ਵਿਊਰਸ ਨੂੰ ਸਮਝ ਆਏ ਹੋਣਗੇ ਅਤੇ ਕੋਸ਼ਿਸ਼ ਇਹੀ ਸੀਗੀ ਕਿ ਅੱਜ ਜਿਹੜੇ ਅਸੀਂ ਗੱਲ ਕਰਦੇ ਹਾਂ ਡਰੱਗਸ ਦੀ ਤਾਂ ਸਾਡਾ ਜ਼ਹਿਨ ਔਰ ਸਾਡਾ ਨਜ਼ਰੀਆ ਪੰਜਾਬ ਦੇ ਵੱਲ ਚਲਾ ਜਾਂਦਾ ਲੇਕਿਨ ਇੱਥੇ ਕੀ ਇੱਥੇ ਆਪਾਂ ਆਪਣੇ ਬੱਚੇ ਨੂੰ ਕਿਸ ਤਰੀਕੇ ਨਾਲ ਇੰਸਪਾਇਰ ਕਰ ਸਕਦੇ ਹਾਂ ਏਦਾਂ ਹੀ ਇੱਕ ਨਾ ਯੂਥ ਦਾ ਪੂਰਾ ਗਰੁੱਪ ਬਣਨਾ ਚਾਹੀਦਾ ਜਿਹੜਾ ਕਿ ਆਪਣੇ ਦੂਸਰੇ ਪਾਸੇ ਉਹਨਾਂ ਨੂੰ ਲੈ ਕੇ ਜਾਏ ਕਿ ਜਿਹੜਾ ਉਹ ਡਰੱਗਸ ਵਿੱਚ ਨਾ ਜਾਣ ਉਹਨਾਂ ਨੂੰ ਗੁਰਸਿੱਖੀ ਵੱਲ ਲੈ ਕੇ ਜਾਏ ਗੁਰਦੁਆਰਿਆਂ ਚ ਲੈ ਗਾ ਅਗਰ ਗੁਰਦੁਆਰਿਆਂ ਵਿੱਚ ਵੀ ਕੋਈ ਗਲਤ ਕੰਮ ਹੁੰਦਾ ਤਾਂ ਉਸ ਨੂੰ ਵੀ ਹਟਾਇਆ ਜਾਵੇ ਇਹ ਯੰਗਸਟਰ ਬਹੁਤ ਕੁਛ ਕਰ ਸਕਦੇ ਨੇ ਪਰ ਇਹਨਾਂ ਨੂੰ ਨਾਲ ਕਿਵੇਂ ਲਗਾਇਆ ਜਾਵੇ ਇਸ ਚੀਜ਼ ਦਾ ਸਾਨੂੰ ਸੁਝਾਵ ਦਿਓ ਤੁਸੀਂ ਔਰ ਤੁਸੀਂ ਬਹੁਤ ਅੱਛਾ ਮੁੱਦਾ ਲਿਆਉਂਦੇ ਹੋ ਔਰ ਬਹੁਤ ਅੱਛਾ ਬੋਲਦੇ ਵੀ ਹੋ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਵੀ ਆਉਂਦੀ ਹੈ ਪਰ ਅਸੀਂ ਚਾਹੁੰਦੇ ਨਾ ਸਾਰੇ ਜਣੇ ਸਮਝਣ ਤੇ ਅਸੀਂ ਉਸ ਪਾਸੇ ਨੂੰ ਚੱਲੀਏ ਤਾਂ ਕਿ ਜਿਹੜੇ ਸਾਡੇ ਬੱਚੇ ਗਲਤ ਚੀਜ਼ਾਂ ਨੂੰ ਚਲੇ ਗਏ ਨੇ ਕੱਲ ਨੂੰ ਵੱਡਾ ਨੁਕਸਾਨ ਹੋਏਗਾ ਨਾ ਤੇ ਉਹਦੇ ਤੋਂ ਪਹਿਲਾਂ ਹੀ ਅਸੀਂ ਬਚਣਾ ਚਾਹੁੰਦੇ ਹਾਂ ਬਿਲਕੁਲ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਜਿੱਥੇ ਤੱਕ ਮੈਂ ਵੇਖਿਆ ਅਮੈਰੀਕਾ ਦੇ ਵਿੱਚ ਰਹਿ ਕੇ ਦੂਜੀ ਅਗਰ ਕਮਿਊਨਿਟੀਜ਼ ਅਸੀਂ ਵੇਖ ਲਈਏ ਮੈਂ ਯਹੂਦੀਆਂ ਦੀ ਗੱਲ ਕਰ ਲਵਾਂ ਜੂਇਸ਼ ਦੀ ਗੱਲ ਕਰ ਲਵਾਂ ਅਤੇ ਜੇਕਰ ਅਸੀਂ ਉਹਨਾਂ ਨੂੰ ਵੇਖ ਲਈਏ ਜਾਂ ਫਿਰ ਆਪਾਂ ਜਿਹੜੇ ਹੋਰ ਕੈਥੋਲਿਕ ਨੇ ਉਹਨਾਂ ਦੀ ਗੱਲ ਕਰ ਲਵਾਂ ਅਤੇ ਉਹਨਾਂ ਦੀ ਮੈਨੇਜਮੈਂਟ ਦੇ ਵਿੱਚ ਯਾਨੀ ਕਿ ਚਰਚ ਦੇ ਵਿੱਚ ਉਹਨਾਂ ਦੀ ਜਿਹੜੇ ਟੈਂਪਲਸ ਨੇ ਉਹਨਾਂ ਦੇ ਵਿੱਚ 60% ਯੂਥ ਹੈ 40% ਜਿਹੜੇ ਹੋਣਗੇ ਸਾਡੇ ਬਜ਼ੁਰਗ ਹੋਣਗੇ ਉਹਨਾਂ ਦੇ ਵਿੱਚ ਲੇਕਿਨ 60% ਯੂਥ ਹੈ ਲੇਕਿਨ ਅਗਰ ਅਸੀਂ ਆਪਣੇ ਟੈਂਪਲਸ ਦੇ ਵਿੱਚ ਵੇਖ ਲਈਏ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੇਖ ਲਈਏ ਤਾਂ ਇੱਥੇ ਉਲਟ ਹੈਗਾ ਉਲਟ ਵੀ ਕੀ ਹੈਗਾ ਮੈਨੂੰ ਤਾਂ 10% ਕਿਤੇ ਨਾ ਕਿਤੇ ਯੂਥ ਨਜ਼ਰ ਆਉਂਦਾ ਗੁਰਦੁਆਰੇ ਦੀ ਮੈਨੇਜਮੈਂਟ ਦੇ ਵਿੱਚ ਇਹਦਾ ਕਾਰਨ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ ਇਹ ਵਿਚਾਰ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਲੈਣੇ ਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਫਰੀਦ ਰੰਧਾਵਾ ਹੈ ਮੈਂ ਤੁਹਾਡਾ ਰੈਗੂਲਰ ਕਾਲਰ ਦੂਸਰੇ ਸਾਰੇ ਪ੍ਰੋਗਰਾਮ ਅੱਜ ਡੇਲੀ ਡੋਜ਼ ਵਗੈਰਾ ਜੀ 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 ਆਈ ਐਮ ਨਾਟ ਨਿਊ ਸਿਰਫ ਅੱਜ ਦਾ ਮੁੰਡੇ ਜੀ ਮੈਂ ਫਸਟ ਟਾਈਮ ਆਇਆ ਜੀ ਜੀ ਤੇ ਉਹ ਤੁਹਾਡਾ ਅੱਜ ਕੱਲ੍ਹ ਸਲੋਗਨ ਮੈਨੂੰ ਬੜਾ ਪਸੰਦ ਆਇਆ ਬੱਚੇ ਪੜਾਓ ਪੰਜਾਬ ਬਚਾਓ ਜੀ 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 ਇਹ ਜਿਹੜੀ ਬਿਮਾਰੀ ਹੈ ਨਾ ਬੜੀ ਇੰਟਰਨੈਸ਼ਨਲ ਹੋ ਗਈ ਹੈ ਜੀ ਤੇ ਜਿਹੜਾ ਤੁਹਾਡੇ ਪੰਜਾਬ ਚ ਜਿਹੜਾ ਮੈਂ ਪ੍ਰੋਬਲਮ ਵੇਖ ਰਿਹਾ ਨਾ ਜੀ ਜੀ ਤੁਹਾਡੀ ਗਵਰਨਮੈਂਟ ਜੋ ਵੀ ਕਰੇ ਕੁਛ ਨਹੀਂ ਹੋ ਸਕਦਾ ਜਦੋਂ ਤੱਕ ਜੀ ਤੁਹਾਡੀ ਜਿਹੜੀ ਮੂਵੀਜ਼ ਨੇ ਤੁਹਾਡੇ ਗਾਣੇ ਨੇ ਉਹ ਸ਼ਰਾਬ ਤੋਂ ਸ਼ੁਰੂ ਹੁੰਦੇ ਨੇ ਜੀ ਆਮ ਨਾਟ ਟੌਂਟਿੰਗ ਐਨੀਥਿੰਗ ਜੀ ਆਮ ਟ੍ਰਾਈਂਗ ਟੂ ਐਡਵਾਈਸ ਜੀ ਜੀ ਕਿ ਤੁਹਾਡੀ ਜਿਹੜੀ ਫਿਲਮ ਇੰਡਸਟਰੀ ਉਹਦੇ ਉੱਤੇ ਪੈਨਲਾਈਜ਼ ਕਰ ਦਿਓ ਉਹਨਾਂ ਨੂੰ ਕਹੋ ਜੀ ਅੱਛੀ ਚੀਜ਼ਾਂ ਦਿਖਾਓਗੇ ਤੇ ਤੁਹਾਨੂੰ ਅਸੀਂ ਟੈਕਸ ਫ੍ਰੀ ਕਰਾਂਗੇ ਅਗਰ ਗਲਤ ਚੀਜ਼ਾਂ ਕਰਾਓਗੇ ਜੀ ਤੇ ਮਾਸ਼ਰੂਮ ਠੀਕ ਕਰਨ ਚ ਇਹਨਾਂ ਦਾ ਬੜਾ ਹੱਥ ਹੈ ਮੀਡੀਆ ਇਜ਼ ਅ ਨੰਬਰ 1 ਥਿੰਗ ਇਨ ਦਾ ਵਰਲਡ ਟੂ ਫਿਕਸ ਦਾ ਪ੍ਰੋਬਲਮ ਜੀ ਹੁਣ ਦੇਖੋ ਅਮਰੀਕਾ ਚ ਅਸੀਂ ਰਹਿੰਦੇ ਹਾਂ ਜੀ ਇੱਥੇ ਹੁਣ ਡਰੱਗ ਫ੍ਰੀ ਕਰੀ ਜਾ ਰਹੇ ਨੇ ਕੈਲੀਫੋਰਨੀਆ ਕਰਤਾ ਹਰ ਸਟੇਟ ਵਾਰੀ ਵਾਰੀ ਕਰੀ ਜਾ ਰਹੀ ਹੈ ਜੀ ਔਰ ਫਿਰ ਦੂਸਰੇ ਕਸੀਨੋ ਦਵਾ ਕੇ ਪਹਿਲੇ ਤੇ ਜੀ ਲਾਸ ਵੇਗਸ ਇੱਧਰ ਕਸੀਨੋ ਹੁੰਦੇ ਸੀ ਜੀ ਹੁਣ ਹਰ ਸ਼ਹਿਰ ਦੇ ਵਿੱਚ ਕਸੀਨੋ ਬਣੀ ਜਾ ਰਹੇ ਨੇ ਜੀ ਸੋ ਦੇ ਆਰ ਬ੍ਰਿੰਗਿੰਗ ਟ੍ਰਬਲ ਕੀ ਜੀ ਸਕੂਲਾਂ ਨੂੰ ਪੈਸੇ ਮਿਲਣੇ ਸਕੂਲਾਂ ਨੂੰ ਕੁਛ ਨਹੀਂ ਮਿਲਦਾ ਜੀ ਜਿਹੜੇ ਵੱਡੇ ਵੱਡੇ ਸੈਨੇਟਰ ਨੇ ਆਪਣੇ ਫਾਇਦੇ ਸੋਚਦੇ ਨੇ ਜੀ ਤੇ ਜਦੋਂ ਤੱਕ ਪੂਰੀ ਦੁਨੀਆ ਦੇ ਵੱਡੇ ਵੱਡੇ ਲੀਡਰ ਜੀ ਇਸ ਬਜਾਏ ਉਹਨਾਂ ਨੂੰ ਪੋਪੁਲਾਈਜ਼ ਕਰਨ ਦੇ ਉਹਨਾਂ ਨੂੰ ਫਿਕਸ ਕਰਨ ਦਾ ਪ੍ਰੋਬਲਮ ਸੋਚੋ ਜੀ ਹਾਊ ਟੂ ਫਿਕਸ ਦਿਸ ਬਿਮਾਰੀ ਜੀ
ਬਾਹਰ ਨਹੀਂ ਜਾਣਾ, ਹਰ ਘਰ ਦੇ ਵਿੱਚ ਪ੍ਰੋਬਲਮ ਹੈ। ਜੀ 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 ਸਾਡੇ ਬੱਚਿਆਂ ਨੂੰ ਇੰਨੀ ਆਜ਼ਾਦੀ ਮਿਲ ਗਈ ਹੈ, ਆਪ ਨੂੰ ਤਾਂ ਸਾਨੂੰ ਅਮਰੀਕਨ ਪੋਲਿਟਿਕਸ ਦੇ ਵਿੱਚ ਵੀ ਆਣਾ ਪਊਗਾ, ਇਸ ਸਿਆਸਤ ਦੇ ਵਿੱਚ ਵੀ ਆਣਾ ਪਊਗਾ। ਮੈਂ ਤਾਂ ਬੜਾ ਤੁਹਾਨੂੰ ਸ਼ਾਬਾਸ਼ ਕਰਨਾ, ਇੰਡੀਆ ਇਜ਼ ਅ ਹੈਡ ਆਫ ਪਾਕਿਸਤਾਨ। ਮਤਲਬ ਐਤਕੀ ਦੇ ਇਲੈਕਸ਼ਨ ਦੇ ਵਿੱਚ ਪਾਕਿਸਤਾਨੀ ਵੀ ਬੜੇ ਆਏ ਨੇ, ਲੋਕਲ ਵੀ ਆਏ ਨੇ, ਸਟੇਟ ਲੈਵਲ ਤੇ ਆਏ ਨੇ, ਗਵਰਨਰ ਲੈਵਲ ਤੇ ਵੀ ਆਏ ਨੇ, ਜਿੱਥੇ ਵੀ ਨੇ ਜੀ ਜੀ ਜੀ, ਤੇ ਦੇ ਆਰ ਟੇਕਿੰਗ ਪਾਰਟ ਜੀ, ਐਂਡ ਇਫ ਦੇ ਟੇਕ ਮੋਰ ਐਂਡ ਮੋਰ ਪਾਰਟ। ਜਿਹੜੇ ਜੂਇਸ਼ ਸੀ ਜੀ, ਦੇਖੋ ਉੱਥੋਂ ਉਹਨਾਂ ਨੇ ਜਰਮਨੀ 'ਚ ਕੱਢਿਆ ਜੀ, ਪੈਸਾ ਸੀ ਜੀ, ਉਹਨਾਂ ਅਮਰੀਕਾ 'ਚ ਪੈਸਾ ਸੁੱਟਿਆ ਜੀ, ਇੱਥੇ ਯੂਨੀਵਰਸਿਟੀ ਵੀ ਉਹਨਾਂ ਦੇ ਨਾਂ ਦੀ ਬਣ ਗਈਆਂ, ਉਹਨਾਂ ਦੀ ਉਹਦੀ ਸੁਣਦੇ ਨੇ ਜੀ। ਤੋ ਇੱਕ ਟਾਈਮ ਆਏਗਾ ਜਦੋਂ ਇੰਡੀਆ ਔਰ ਪਾਕਿਸਤਾਨ ਦੀ ਵੀ ਸੁਣੋਗੇ ਜੀ, ਇਟਸ ਗੈਟਿੰਗ ਬੈਟਰ ਡੇ ਬਾਏ ਡੇ ਜੀ ਜੀ। ਤੁਸੀਂ ਵਲੰਟੀਅਰ ਵੀ ਆਪਣੇ ਆਪ ਨੂੰ ਕਰੋ, ਮਤਲਬ ਇਨਵੋਲਵ ਹੋਵੋ ਜੀ, ਹਾਂਜੀ, ਔਰ ਬੱਚਿਆਂ ਨੂੰ ਇਨਵੋਲਵ ਕਰੋ। ਬੱਚਿਆਂ ਨੂੰ ਅਸੀਂ ਇਕੱਲਾ ਛੱਡ ਦਿੱਤਾ ਜੀ 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 ਜੀ। ਉਹ ਕਿਸੇ ਪਾਰਟੀ ਤੇ ਜਾਣੇ ਆ, ਬੱਚੇ ਕਹਿੰਦੇ ਵੀ ਡੋਨਟ ਵਾਂਟ ਟੂ ਗੋ ਜੀ, ਚਲੋ ਗੱਲ ਠੀਕ ਹੈ ਜੀ, ਮਗਰ ਯੂ ਹੈਵ ਟੂ ਫਾਈਂਡ ਆਊਟ ਅਗਰ ਉਹ ਜਾ ਨਹੀਂ ਰਹੇ ਤੇ ਕਿੱਥੇ ਜਾ ਰਹੇ ਨੇ। ਕਰੈਕਟ ਕਰੈਕਟ, ਇਹ ਜੋ ਤੱਕ ਕਰੈਕਟ ਨਹੀਂ ਕਰੋਗੇ ਭਾਜੀ ਸਹੀ ਨਹੀਂ ਹੋਣਾ। ਸਾਡੇ ਕੋਲ ਟਾਈਮ ਘੱਟ ਹੈਗਾ ਜੀ, I want mauka kisi aur ne bhi dena chahida। Thank you ji, thank you very much। Excuse myself, take care, God bless you। Thank you very much ji, thank you very much, appreciate ji। Filhal main nikke je waqfe le ruk reha, tusi heet likhe number de utte call kar sakde ho, ajj de mudde de utte tusi apne vichar sade naal sanje kar sakde ho ki is mutalliq tusi ki sochde ho। Aa reha break to baad।